सत श्री अकाल जी, नमस्ते, बहुत बहुत प्यार, सदा हसते रहो, वसते रहो, खुश रहो। ये असी दो मूहे जड़े वाल ने, इस दी प्रॉब्लम असी किवें ठीक करिए, इहदे वास्ते मैं अज एक नुस्खा लैके आ रही हाँ। मैं तुहानू इस वीडियो विच तीन पॉइंट दस रही हाँ, तिन्हां नू अच्छी तरह बेटा सुनोगे, इस वीडियो नू देखोगे, उन्हां ते अमल करोगे, तद ही तुहाडे जिहड़े वालां ते दो मूहे वाल ने वो ठीक हो सकते ने और ये परमानेंट ठीक हो जाएंगे। वालों की ग्रोथ भी होएगी, रुखापन भी खत्म होएगा, तो जिहड़ी तुहानू ये प्रॉब्लम है साडी दो मूहे वाली, ये भी ठीक हो जाएगी। पहला साडा स्टैप है कि असी दो चीज़ां लैनियां ने घर दियां इनग्रीडियंट। पहला तो कैस्टर ऑयल है, दूसरा है कोकोनट ऑयल। कोकोनट ऑयल नूं तुसी थोड़ा गर्म करके पिघला के जितने तुहाडे वाल ने उस हिसाब नाल पिघला के उहदे विच कैस्टर ऑयल पाना है, एक चम्मच भर के इसनों अच्छी तरह मिला के तुसी अपने सिर की अच्छी तरह मालिश करनी है। जिवें अंदर असीं कहिंदे आ ना, स्कैल्प विच, विलियां विच, अच्छी तरह अंदर। उस तो बाद अच्छी तरह वालों के उत्ते तेल नूं लगा के एंड तक एक घंटा तुसी वालां नूं इस तरह रखना है। बाद विच तुसी की करना है, कंघी लैके उहदियां अड़कां पईयां होण जिहड़ियां अच्छी तरह वालां नूं सिद्धा कर लो, उस तो बाद तुसी वालां ते जाके शैंपू कर लो। ते दूसरा स्टैप हैगा है कि कंडीशनर करना वालां दा बहुत ही जरूरी है। एक तो मैं एक होर भी रिक्वेस्ट करांगी अपने बच्चों नूं सब नूं कि तुसी शैंपू जिहड़ा है बहुत ही अच्छी क्वालिटी का लो, जिदे च घट कैमिकल होन, आयुर्वेदिक होए, उस दे नाल तुसी सिर धोवो। उस तो बाद तुसी की करना है, कंडीशनर लगाना वाला तो बहुत जरूरी होंदा। तुसी देखिए जदों शैंपू करने वाल बिल्कुल सुके जे हो जाते हैं, ड्राईनैस पूरी हो जाती है। तुसी की करना है, थोड़ा जा बिल्कुल जिवें कहिंदे ने ना, दो चार ड्रॉप लैके हल्के इस तरह करके मल के जो तुसी सिर धो लैंदे हो तो हल्के हाथ ना उपर इंज लैके जाना है, बस ये तो तुहाडा उपर हो गया कंडीशनर। जे तो बाद विच लगाना है इन्हां वालां ते तुसी अच्छी तरह लगाना है, सिर ते नहीं ज़्यादा लगाना, अंदर तो जाना ही चाहिए, स्कैल्प विच, विलियां विच, अंदर बिल्कुल नहीं लगाना, ना कोई उहदी मालिश करनी है। हल्के हाथ नाल लैके उपर लगा के इत्थे अच्छी तरह तुसी लैके कंडीशनर लगाना है। ਜਦੋਂ ਅਸੀਂ ਕੰਡੀਸ਼ਨਰ ਲਗਾਉਣਾ ਹੈ ਅੰਦਰ, ਤੁਹਾਨੂੰ ਤਾਂ ਵਾਸਤੇ ਮਨਾ ਕੀਤਾ ਨਹੀਂ ਲਗਾਉਣਾ ਕਿਉਂਕਿ ਵਾਲਾਂ ਦੀਆਂ ਜੜ੍ਹਾਂ ਵੀਕ ਹੋ ਜਾਂਦੀਆਂ ਨੇ, ਵਾਲ ਟੁੱਟਣ ਲੱਗ ਪੈਂਦੇ ਨੇ, ਉਹਨਾਂ ਦੀ ਲੈਂਥ ਖਤਮ ਹੋ ਜਾਂਦੀ ਹੈ, ਗੰਜਾਪਣ ਆਉਣ ਲੱਗ ਪੈਂਦਾ ਹੈ, ਅਤੇ ਥੱਲੇ ਇਸ ਵਾਸਤੇ ਲਗਾਉਣਾ ਹੈ, ਇਹਦੇ ਨਾਲ ਵਾਲ ਬੜੇ ਸਾਫਟ ਹੁੰਦੇ ਨੇ ਔਰ ਰੁੱਖਾਪਣ ਖਤਮ ਹੁੰਦਾ ਅਤੇ ਟੁੱਟਦੇ ਨਹੀਂ ਫਿਰ, ਅਤੇ ਦੋ ਮੂਹੇ ਨਹੀਂ ਹੁੰਦੇ। ਸਭ ਤੋਂ ਇੰਪੋਰਟੈਂਟ ਅਤੇ ਤੀਸਰਾ ਪੁਆਇੰਟ ਜਿਹੜਾ ਹੈਗਾ, ਸਭ ਤੇ ਵਾਲ ਜਿਹੜੇ ਹੁੰਦੇ ਨੇ ਜਦ ਥੱਲਿਓ ਹੀ ਉਹਨਾਂ ਦੇ ਦੋ ਮੂਹੇ ਹੁੰਦੇ ਨੇ। ਤੁਸੀਂ ਕੀ ਕਰਨਾ, ਜਿਹੜਾ ਵੀ ਤੇਲ ਤੁਸੀਂ ਯੂਜ਼ ਕਰਦੇ ਹੋ, ਵੈਸੇ ਕੋਕੋਨਟ ਆਇਲ ਹੈ ਤਾਂ ਅੱਛੀ ਗੱਲ ਹੈ, ਉਹ ਤੁਸੀਂ ਥੱਲੇ ਇਸ ਤਰ੍ਹਾਂ ਕੋਕੋਨਟ ਆਇਲ ਜਿਹਦੇ ਤੁਸੀਂ ਕੈਸਟਰ ਆਇਲ ਮਿਲਾਇਆ ਹੋਇਆ ਉਹ ਤੁਹਾਡਾ ਤੇਲ ਹੈ, ਉਹਨੂੰ ਤੁਸੀਂ ਅੱਛੀ ਤਰ੍ਹਾਂ ਐਨੇ ਪੋਰਸ਼ਨ 'ਤੇ ਲਗਾਉਣਾ ਰੋਜ਼ ਰਾਤ ਨੂੰ ਸੌਣ ਲੱਗਿਆ, ਬਿਲਕੁਲ ਲਗਾਤਾਰ ਇਹਦੇ 'ਤੇ ਲਗਾ ਕੇ। ਜਿਵੇਂ ਅਸੀਂ ਦੀਵਾਰ ਬਣਾਉਂਦੇ ਹਾਂ, ਦੀਵਾਰ ਦੇ ਉੱਤੇ ਇੱਟਾਂ 'ਤੇ ਲੱਗ ਗਈਆਂ ਲੇਕਿਨ ਉਸਮੇ ਸਮੂਥਨੈਸ ਨਹੀਂ ਆਈ, ਉਹਦੀ ਬਰਾਬਰੀ ਨਹੀਂ, ਉਹਦੇ 'ਤੇ ਸੀਮਟ ਕਰਨੇ ਹਾਂ ਤਾਂ ਕਿ ਇਹਨੂੰ ਅੰਦਰ ਪ੍ਰੋਟੈਕਸ਼ਨ ਮਿਲਦੀ ਰਹੇ ਅੰਦਰ ਦੀਆਂ ਇੱਟਾਂ ਨੂੰ, ਇਸ ਤਰ੍ਹਾਂ ਸਾਡੇ ਵਾਲਾਂ ਨੂੰ ਪ੍ਰੋਟੈਕਸ਼ਨ ਵਾਸਤੇ ਫਿਰ ਅਸੀਂ ਕੀ ਕਰਾਂਗੇ, ਵੈਸਲੀਨ ਲਗਾਵਾਂਗੇ। ਇਹ ਥੋੜ੍ਹੀ ਜਿਹੀ ਵੈਸਲੀਨ ਲੈ ਕੇ ਅਤੇ ਇਸ ਤਰ੍ਹਾਂ ਕਰਕੇ ਵਾਲਾਂ ਦੇ ਉੱਤੇ ਲਗਾ ਦੇਣੀ ਹੈ। ਜਿਵੇਂ ਹੁਣ ਇਹ ਬੇਬੀ ਵੈਸਲੀਨ ਅਸੀਂ ਲਈ ਹੈ, ਇਹਦਾ ਮਤਲਬ ਹੈ ਜਿਹੜਾ ਤੇਲ ਲਗਾਇਆ ਸੀ ਨਾ ਥੋੜ੍ਹੀ ਦੇਰ ਬਾਅਦ ਖਤਮ ਹੋ ਜਾਂਦਾ ਹੈ ਆਪਣੇ ਆਪ ਹੀ, ਅਤੇ ਉਹਦੇ ਉੱਤੇ ਅਗਰ ਇਸ ਤਰ੍ਹਾਂ ਵੈਸਲੀਨ ਲਗਾਵਾਂਗੇ ਇਹ ਵਾਲੇ ਵਾਲਾਂ 'ਤੇ ਇਸ ਤਰ੍ਹਾਂ ਕਰਕੇ ਤਾਂ ਇਹਨਾਂ ਨੂੰ ਪ੍ਰੋਟੈਕਸ਼ਨ ਮਿਲੇਗੀ, ਇਹ ਹੈਲਦੀ ਹੋਣਗੇ, ਇਹਨਾਂ ਦੇ ਦੋ ਮੂਹੇ ਜਿਹੜੇ ਦੋ ਮੂੰਹ ਬਣੇ ਹੋਏ ਨੇ ਉਹ ਠੀਕ ਹੋ ਜਾਣਗੇ, ਵਾਲਾਂ ਦੀ ਰੁੱਖਾਪਣ ਖਤਮ ਹੋਏਗਾ ਅਤੇ ਲੈਂਥ ਵਧਣੀ ਸ਼ੁਰੂ ਹੋ ਜਾਏਗੀ। ਬਾਕੀ ਬੇਟਾ ਇਹ ਤਾਂ ਸਾਡੀ ਉੱਪਰ ਵਾਲੀ ਹੋ ਗਈ ਵੀ ਉੱਪਰੋਂ ਅਸੀਂ ਕਿਵੇਂ ਆਪਣੇ ਵਾਲਾਂ ਨੂੰ ਠੀਕ ਕਰਨਾ, ਪਰ ਤੁਹਾਨੂੰ ਪਤਾ ਹੈਲਦੀ ਵਾਲ ਤਾਂ ਹੀ ਹੋਣਗੇ ਜਦੋਂ ਅਸੀਂ ਹੈਲਦੀ ਖਾਣਾ ਖਾਵਾਂਗੇ, ਹੈਲਦੀ ਖੁਰਾਕ ਲਵਾਂਗੇ ਜਿਹਦੇ 'ਚ ਦੁੱਧ, ਦਹੀਂ, ਲੱਸੀ, ਗ੍ਰੀਨ ਸਬਜ਼ੀਆਂ, ਸਲਾਦ ਸਭ ਕੁਝ ਇਹਦੇ ਵਿੱਚ ਅਸੀਂ ਐਡ ਕਰਾਂਗੇ, ਫਿਰ ਤੁਸੀਂ ਦੇਖਣਾ ਤਾਂ ਤੁਹਾਡੇ ਵਾਲਾਂ ਦੀ ਗਰੋਥ ਕਿੰਨੀ ਹੋਏਗੀ। ਅੰਦਰ ਦਾ ਖਿਆਲ ਪਹਿਲੇ ਰੱਖਣਾ, ਬਾਹਰ ਦਾ ਬਾਅਦ ਵਿੱਚ। ਇਹ ਦੋਨੋਂ ਚੀਜ਼ਾਂ ਜ਼ਰੂਰੀ ਨੇ, ਦੋਨੋਂ ਹੀ ਇੱਕ ਗੱਡੀ ਦੇ ਦੋ ਪਹੀਏ ਨੇ, ਇੱਕ ਪਹੀਆ ਠੀਕ ਹੋਏਗਾ ਦੂਸਰਾ ਖਰਾਬ ਹੋਏਗਾ ਅਤੇ ਗੱਡੀ ਸਾਡੀ ਨਹੀਂ ਚੱਲੇਗੀ। ਇਸ ਵਾਸਤੇ ਇਹਦੇ ਬੈਲੈਂਸ ਵਾਸਤੇ ਕਿ ਸਾਡੀ ਬਾਡੀ ਬਿਲਕੁਲ ਠੀਕ ਰਹੇ, ਸਾਡੇ ਵਾਲ ਠੀਕ ਰਹਿਣ, ਇਹਦੇ ਵਾਸਤੇ ਖੁਰਾਕ ਅਤੇ ਇਹ ਤਿੰਨ ਸਟੈਪ ਜੋ ਮੈਂ ਦੱਸੇ ਨੇ
ਤਾਂ ਤੁਸੀਂ ਜ਼ਰੂਰ ਇਹਨਾਂ 'ਤੇ ਅਮਲ ਕਰਨਾ ਅਤੇ ਆਪਣੇ ਦੋ ਮੂਹੇ ਵਾਲਾਂ ਨੂੰ ਠੀਕ ਕਰਕੇ ਇਹਨਾਂ ਦੀ ਗਰੋਥ ਨੂੰ ਅੱਛੀ ਤਰ੍ਹਾਂ ਵਧਾਉਣਾ। ਇਸ ਵੀਡੀਓ ਨੂੰ ਬੇਟਾ ਐਂਡ ਤੱਕ ਦੇਖਣਾ, ਮੇਰੇ ਬੱਚੇ ਸਬਸਕ੍ਰਾਈਬ ਵੀ ਕਰਨਗੇ, ਲਾਈਕ ਵੀ ਕਰਨਗੇ, ਮੈਨੂੰ ਦੱਸਣਗੇ ਵੀ ਕਮੈਂਟ ਕਰਕੇ ਕਿ ਵੀ ਅਸੀਂ ਕੀਤਾ, ਸਾਨੂੰ ਕਿੰਨਾ ਫਾਇਦਾ ਹੋਇਆ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੇ ਸੁੰਦਰ ਸੁੰਦਰ ਕਮੈਂਟ ਲਿਖਦੇ ਹੋ, ਮੇਰੇ ਨਾਲ ਜੁੜਦੇ ਹੋ, ਤੁਹਾਡੀਆਂ ਗੱਲਾਂ ਬੜੀਆਂ ਪਿਆਰੀਆਂ ਪਿਆਰੀਆਂ, ਬਹੁਤ ਸੁੰਦਰ ਲਿਖਦੇ ਹੋ ਤੁਸੀਂ ਬੇਟਾ। ਤੋ ਥੈਂਕ ਯੂ ਵੈਰੀ ਮੱਚ ਉਸ ਵਾਸਤੇ। ਗੋਡ ਬਲੈਸ ਯੂ, ਸਦਾ ਖੁਸ਼ ਰਹੋ।